ਅਸਦ ਮੁਹੰਮਦ ਖਾਨ ਦੀ ਕਹਾਣੀ ਬਸ ਸੌਦੇ ਦੀ ਮਰੀਮ ਮਰੀਮ ਦੇ ਖਿਆਲ ਚ ਸਾਰੀ ਦੁਨੀਆ ਚ ਬਸ ਤਿੰਨ ਹੀ ਸ਼ਹਿਰ ਸਨ ਮੱਕਾ ਮਦੀਨਾ ਤੇ ਗੰਜ ਬਸੌਦਾ ਪਰ ਇਹ ਤਿੰਨ ਤਾਂ ਸਾਡੇ ਹਿਸਾਬ ਨਾਲ ਸਨ ਮਰੀਮ ਦੇ ਹਿਸਾਬ ਨਾਲ ਤਾਂ ਮੱਕਾ ਤੇ ਮਦੀਨਾ ਇੱਕ ਹੀ ਸ਼ਹਿਰ ਸੀ ਆਪਣੇ ਹਜ਼ੂਰ ਦਾ ਸ਼ਹਿਰ ਮੱਕਾ ਮਦੀਨਾ ਵਿੱਚ ਹਜ਼ੂਰੇ ਆਲਾ ਰਹਿੰਦੇ ਸਨ ਬਸ ਸੌਦੇ ਵਿੱਚ ਉਹਨਾਂ ਦਾ ਮਮਦੂ ਮਮਦੂ ਉਹਨਾਂ ਦਾ ਛੋਟਾ ਬੇਟਾ ਸੀ ਉਦੀ ਗੱਲ ਤੇ ਨ ਵੱਡਾ ਜ਼ਖਮ ਸੀ ਬਾਅਦ ਵਿੱਚ ਡਾਕਟਰਾਂ ਨੇ ਨਾਸੂਰ ਨੂੰ ਘੱਟ ਵੱਢ ਕੇ ਗੱਲ ਤੇ ਇੱਕ ਖਿੜਕੀ ਬਣਾਤੀ ਜਿਸ ਕਾਰਨ ਮਮਦੂ ਦੀ ਜੀਬ ਪਾਣੀ ਚੋਂ ਨਿਕਲੀ ਹੋਈ ਮੱਛੀ ਵਾਂਗ ਤੜਫਦੀ ਰਹਿੰਦੀ ਸੀ ਮੈਨੂੰ ਯਾਦ ਹੈ ਪਹਿਲੀ ਵਾਰ ਮਰੀਮ ਨੇ ਅੰਮਾ ਨੂੰ ਸਰਜਰੀ ਵਾਲਾ ਇਹ ਲਤੀਫਾ ਸੁਣਾਇਆ ਸੀ ਤੇ ਮੈਂ ਖੀ-ਖੀ ਕਰਕੇ ਹੱਸਣ ਲੱਗਾ ਸੀ ਜੇ ਮਰੀਮ ਆਪਣੇ ਖੁਰਦਰੇ ਹੱਥਾਂ ਨਾਲ ਖਿੱਚ ਕੇ ਆਪਣੀ ਗੋਦ ਵਿੱਚ ਨਾ ਲੈ ਲੈਂਦੀ ਤਾਂ ਮੇਰੀ ਉਹ ਕੁੱਟਮਾਰ ਹੁੰਦੀ ਕਿ ਰਹਿ ਰੱਬ ਦਾ ਨਾਮ ਬਹੂ ਬੱਚਾ ਏ ਬੱਚਾ ਏ ਨਹੀਂ ਬਹੂ ਬੱਚਾ ਏ ਪਰਮਾਨੇ ਗੁੱਸੇ ਚ ਦੋ ਚਾਰ ਮੇਰੇ ਧਾਰੀ ਦਿੱਤੀਆਂ ਜਿਨ੍ਹਾਂ ਨੂੰ ਮਰੀਮ ਆਪਣੀਆਂ ਬਾਹਾਂ ਨਾਲ ਰੋਕਦੇ ਆ ਮੈਨੂੰ ਚੁੱਕ ਕੇ ਆਪਣੀ ਕੋਠੜੀ ਚ ਕਿਲੇ ਬੰਦ ਹੋ ਗਈ ਮੈਂ ਮਰੀਮ ਦੇ ਨੇਰੇ ਕਿਲੇ ਵਿੱਚ ਬਹੁਤ ਦੇਰ ਤੱਕ ਰੋਂਦਾ ਰਿਆ ਉਹ ਮੇਰੇ ਤੇ ਆਪਣੀ ਹੰਝੂ ਪੂੰਝਦੀ ਰਹੀ ਗੁੱਸੇ ਚ ਚੀਕਦੀ ਵੀ ਰਹੀ ਇਹ ਬਹੂ ਇਹ ਅੱਲਾਹ ਦੀ ਦੇਣ ਹੈ ਨਬੀ ਸਲਾਲੂ ਅੱਲਾਹੂ ਅਸੱਲਮ ਦੇ ਉਹ ਮਤੀ ਨੇ ਇਹਨੂੰ ਮਾਰੇਗੀ ਤਾਂ ਕੀ ਅੱਲਾ ਤੇਰੇ ਨਾਲ ਖੁਸ਼ ਹੋਣਗੇ ਕੀ ਤੋਬਾ ਕਰ ਦੁਲਨ ਤੋਬਾ ਕਰ ਫਿਰ ਉਹ ਕਈ ਤਰੀਕਿਆਂ ਨਾਲ ਖਿੜਕੀ ਤੇ ਮੱਛੀ ਵਾਲਾ ਲਤੀਫਾ ਸੁਣਾ ਕੇ ਮੈਨੂੰ ਬਹਿਲਾਉਣ ਲੱਗੀ ਤਾਂ ਬੇਟਾ ਡਾਕਧਾਰਾ ਨੇ ਕੀ ਕੀਤਾ ਹਰਾਮੀਆਂ ਨੇ ਮਮਦੂ ਦੀ ਗੱਲ 'ਚ ਖਿੜਕੀ ਬਣਾ ਦਿੱਤੀ ਤੇ ਖਿੜਕੀ ਥਿਰ ਕਿ ਥਿਰ ਕਿ ਥਿਰ ਮਰੀਮ ਦਾ ਦਿਲ ਬਹੁਤ ਵੱਡਾ ਸੀ ਕਿਉਂ ਨਾ ਹੁੰਦਾ ਇਸ ਚੋ ਦੇ ਹਜ਼ੂਰ ਦਾ ਮੱਕਾ ਮਦੀਨਾ ਸੀ ਤੇ ਸੰਕੜੇ ਬਸ ਸੌਦੇ ਆਬਾਦ ਸਨ ਜਿਨ੍ਹਾਂ ਚ ਹਜ਼ਾਰਾਂ ਲੱਖਾਂ ਗੁੱਲ ਗੁਥਨੇ ਮਮਦੂ ਆਪਣੇ ਗੋਲ ਮਟੋਲ ਮੁੱਠੀਆਂ ਨਾਲ ਮਰੀਮ ਦੇ ਦੁੱਧਾਂ ਨਾਲ ਭਰੀ ਮਮਤਾ ਤੇ ਦਸਤਕ ਦਿੰਦੇ ਰਹਿੰਦੇ ਸਨ ਅੰਨਾ ਬਹੂ ਦਰਵਾਜ਼ਾ ਖੋਲੋ ਅੱਲਾ ਦੀ ਦੇਣ ਆਏ ਨੇ ਨਬੀ ਸਲਾਲੋ ਅੱਲ੍ਹਾ ਵਸੱਲਮ ਦੇ ਉਮਮਤ ਹੀ ਆਏ ਨੇ ਮਰੀਮ ਨੇ ਮੇਰੇ ਅੱਬਾ ਨੂੰ ਦੁੱਧ ਪਿਲਾਇਆ ਉਹ ਮੇਰੀ ਖਲਾਈ ਤੇ ਮੇਰੀ ਪਨਾਹ ਸਨ ਉਹ ਮੇਰੇ ਭਾਂਜੇ ਭਾਂਜੀਆਂ ਦੀ ਅੰਨਾ ਸੀ ਜੇ ਹਲੇ ਜਿਉਂਦੀ ਹੁੰਦੀ ਤਾਂ ਉਹਨਾਂ ਭਾਂਜੇ ਭਾਂਜੀਆਂ ਦੇ ਬੱਚੇ ਆਪਣੇ ਚਾਰਜ ਵਿੱਚ ਲਈ ਬੈਠੇ ਹੁੰਦੇ ਤੇ ਮੇਰੀਆਂ ਤਿੰਨ ਪੁਸ਼ਤਾਂ ਤੇ ਮਰੀਮ ਦਾ एहसान ਹੈ ਮੈਂ ਇੱਕ ਵਾਰ ਮਰੀਮ ਦੇ ਕਿਲੇ 'ਚ ਵੜ ਕੇ ਉਹਦੀ ਪੋਟਲੀ 'ਚ ਗੁੜ ਦੀ ਭੇਲੀ ਚੋਰੀ ਕਰ ਲਈ ਮਰੀਮ ਬੱਚਿਆਂ ਨੂੰ ਵਿਗਾੜਨ 'ਚ ਮਸ਼ਹੂਰ ਸੀ ਪਰ ਮਜਾ ਲ ਹੈ ਕਿ ਜੁਰਮ ਵਿੱਚ ਕਿਸੇ ਦੀ ਹਮਾਇਤ ਕਰ ਜਾਏ ਉਹਨੇ ਫੌਰਨ ਮੇਰੀ ਅੰਮਾ ਕੋਲ ਮੇਰੀ ਰਿਪੋਰਟ ਕਰ ਦਿੱਤੀ ਅਮਾ ਖੁਦਾ ਉਹਨਾਂ ਨੂੰ ਖੁਸ਼ ਰੱਖੇ ਜਾਗੀਰਦਾਰ ਦੀ ਧੀ ਖਰੀ ਪਠਾਣੀ ਆਪਣੀ ਔਲਾਦ ਨਾਲ ਕੋਈ ਘਟਿਆ ਫੇਲ ਜਾਂ ਇਲਜ਼ਾਮ ਲੱਗਦਾ ਨਹੀਂ ਦੇਖ ਸਕਦੀ ਸੀ ਉਹਨੇ ਜਲਾਲ ਚਾਕੇ ਉਲਟਾ ਮਰੀਮ ਦੀ ਡਾਂਟ ਦਪਟ ਕਰਦੀ ਅੱਬਾ ਨੂੰ ਪਤਾ ਨਹੀਂ ਸੀ ਕਿ ਘਰ ਚ ਸਰਦ جنگ جاری ਹੈ ਉਹ ਐਦਾਂ ਇਸ਼ਾ ਦੀ ਨਮਾਜ਼ ਤੋਂ ਬਾਅਦ 15-20 ਮਿੰਟ ਲਈ ਮਰੀਮ ਕੋਲ ਬੈਠ ਕੇ ਉਹਦਾ ਹਾਲਚਲ ਪੁੱਛਦੇ ਮਰੀਮ ਦੇ ਪੈਰ ਦਬਾਉਣ ਦੀ ਕੋਸ਼ਿਸ਼ ਕਰਦੇ ਉਹਦੀਆਂ ਪਿਆਰ ਭਰੀਆਂ ਝਿੜਕਾਂ ਦੀ ਦੌਲਤ ਸਮੇਟ ਕੇ ਆਪਣੇ ਕਮਰੇ 'ਚ ਸੌਂ ਚਲੇ ਜਾਂਦੇ ਤਿੰਨ ਚਾਰ ਦਿਨ ਮੇਰੀਆਂ ਇਹ ਦੋ ਜਨਤਾਂ ਇੱਕ ਦੂਜੇ ਨਾਲ ਨਿਰਾਜ਼ ਰਹੀਆਂ ਤੇ ਮੈਂ ਗੁਨਾਹਗਾਰੀ ਦਾ ਬੋਝ ਚਲਦਾ ਰਿਹਾ ਅੰਮਾ ਨੇ ਮਰੀਮ ਦੀ ਦੇਖਭਾਲ 'ਚ ਕੋਈ ਕਟਾਈ ਤਾਂ ਨਹੀਂ ਕੀਤੀ ਪਰ ਮਰੀਮ ਦਾ ਸਾਹਮਣਾ ਹੋ ਜਾਂਦਾ ਤਾਂ ਮੰਮਾ ਦੀਆਂ ਭਾਵਾਂ ਜ਼ਰਾ ਕਿ ਚੜ ਜਾਂਦੀਆਂ ਮਰੀਮ ਜ਼ਿਆਦਾਤਰ ਆਪਣੀ ਕੋਠੜੀ 'ਚ ਹੀ ਰਹਿੰਦੀ ਤੇ ਸ਼ਾਇਦ ਰੋਂਦੀ ਰਹੀ ਅਖੀਰ ਚੌਥੇ ਦਿਨ ਮੈਂ ਫੋਟ ਤੁਰਿਆ ਤੇ ਕੁੱਟ ਦੇ ਡਰ ਨੂੰ ਇੱਕ ਪਾਸੇ ਰੱਖ ਦਿਆਂ ਅੰਮਾਂ ਦੀ ਗੋਦ 'ਚ ਸਿਰ ਰੱਖ ਗਈ। ਸਿਰ ਰੱਖ ਕੇ ਆਪਣਾ ਜਰਮ ਦਾ ਕਬੂਲ ਕਰ ਲਿਆ। ਅੰਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬਸ ਇੱਕ ਗੱਜਬ ਦੀ ਨਿਗਾਹ ਮੇਰੇ ਤੇ ਸੁੱਟ ਟੁੱਟ ਖੜੀ। ਬਿਜਲੀ ਵਾਂਗ ਮਰੀਮ ਦੇ ਕਿਲੇ 'ਚ ਦਾਖਲ ਹੋ ਗਈ। ਅੰਨਾ ਭੂਆ ਤੇਰਾ ਗਬਲਾ ਤਾਂ ਚੋਰ ਨਿਕਲਿਆ। ਭੂਆ ਮੈਨੂੰ ਮਾਫ਼ ਕਰ ਦੇ। ਮੈਂ ਭੂਏ ਉਹਲੇ ਲੁੱਕ ਕੇ ਦੇਖਿਆ ਕਿ ਮਰੀਮ ਆਪਣੇ ਲਰਜ਼ਦੇ ਹੋਏ ਹੱਥਾਂ ਨਾਲ ਅੰਮਾਂ ਦੇ ਦੋਹਾਂ ਹੱਥਾਂ ਨੂੰ ਚੁੰਮ ਰਹੀ ਹੈ। ਕਦੇ ਹਸਦੀ ਹੈ ਕਦੇ ਰੋਂਦੀ ਹੈ ਕਦੇ ਅੰਮਾ ਦੇ ਹਲਕੀ ਜੀ ਚਪੇੜ ਲਾਉਣ ਦਾ ਡਰਾਮਾ ਕਰਦੀ ਹੈ ਬਸ ਨਹੀਂ ਬਹੂ ਬਸ ਕਰ ਚੁੱਪ ਕਰ ਚੁੱਪ ਦੇਖ ਮੈਂ ਮਾਰ ਬੈਠਾਂਗੀ ਹਾਂ ਤੇ ਮਰੀਮ ਸਿੱਧੀ ਸਾਦੀ ਸ਼ਫਾਫ ਦਿਲ ਦੀ ਸੀ ਮੇਰੀ ਮਾਸੀ ਨਾਲ ਮਰਦੇ ਦਮ ਤੱਕ ਇਸ ਲਈ ਗੁੱਸੇ ਰਹੀ ਕਿ ਹਕੀਕਤ ਤੇ ਉਹਦਾ ਨਾਂ ਫਾਤਿਮਾ ਰੱਖ ਦਿੱਤਾ ਗਿਆ ਸੀ ਨਹੀਂ ਬਹੂ ਬੀਬੀ ਫਾਤਿਮਾ ਤਾਂ ਇੱਕੋ ਹੀ ਸੀ ਨਬੀ ਸਲਾਲੋ ਅੱਲ੍ਹਾ ਵਸੱਲਮ ਜੀ ਦੀ ਸਰਕਾਰ ਦੀ ਸ਼ਹਿਜ਼ਾਦੀ ਸੀ ਦੁਨੀਆ ਦੀ ਆਖਰਤ ਦੇ ਮਾਲਕ ਸੀ ਦੋਜ਼ਖ ਦੇ ਕੀੜੇ ਭਲਾ ਉਹਦੀ ਬਰਾਬਰੀ ਕੀ ਕਰਨਗੇ ਤਵਾ ਤਵਾ ਰੱਬ ਮਾਫ ਕਰੇ ਮੁਹਰਮ ਦੀ ਨੌਵੀਂ ਤੇ ਦਸਵੀਂ ਦਰਮਿਆਨੀ ਰਾਤ ਸਜੇ ਤਜੀ ਤਾਜ਼ੀ ਸਵਾਰੀਆਂ ਤੇ ਅਖਾੜੇ ਦੇਖਦੀ ਖੂਬ ਪਾਪੜ ਪਕੌੜੇ ਖਵਾਉਂਦੀ ਦਸਵੀਂ ਦੀ ਸਵੇਰ ਤੋਂ ਹੀ ਨਹਾ ਧੋ ਕੇ ਬੈਠ ਜਾਂਦੀ ਸਾਨੂੰ ਮੁੰਡਿਆਂ ਨੂੰ ਫੜ ਫੜ ਕੇ ਦਿਨ ਭਰ ਸ਼ਹਾਦਤ ਨਮਜ਼ ਸੁਣਦੀ ਜਾਂ ਕਲਮਾ ਤੈਬਾ ਪੜਨ ਲਈ ਕਹਿੰਦੀ ਤੇ ਆਪ ਵੀ ਖੁਦਾ ਮਿਹਰ ਕਰੇ ਕਲਮਾਂ شریف ਜਿਵੇਂ ਚਾਹਦੀ ਪੜਦੀ ਲਾ ਇਲਾਹਾ ਇਲਾ ਨੀ ਜੀ ਰਸੂਲਲਾਹ ਹਜ਼ੂਰ ਜੀ ਰਸੂਲਲਾਹ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਅਨੂੰ ਦਾ ਨਾਂ ਲੈ ਕੇ ਵਹਿਣ ਪਾਉਂਦੀ ਰੋ ਰੋ ਕੇ ਅੱਖਾਂ ਸੁਝਾ ਲੈਂਦੀ ਵਹਿਣ ਪਾਉਂਦੇ ਪਾਉਂਦੇ ਗਾਲਾਂ ਤੇ ਉਤਰ ਆਉਂਦੀ ਇਹਨਾਂ ਹਰਾਮੀਆਂ ਨੇ ਮੇਰੇ ਸ਼ਹਿਜ਼ਾਦਿਆਂ ਨੂੰ ਮਾਰ ਦਿੱਤਾ ਸੱਤਿਆ ਨਾ ਸੋਣਿਆਂ ਹੋਣਿਆਂ ਨੇ ਮੇਰੇ ਬਾਦਸ਼ਾਹ ਨੂੰ ਮਾਰ ਸੋਟਿਆ ਮੁਹਰਮ ਵਿੱਚੋਂ ਸਾਨੂੰ ਮੁੰਡਿਆਂ ਨੂੰ ਹਸਨ ਹੁਸੈਨ ਦੀ ਫਕੀਰ ਬਣਾਉਂਦੀ ਸੀ ਸਾਡੇ ਕੁੜਤੇ ਹਰੇ ਰੰਗ ਦਿੰਦੀ ਸਾਡੇ ਗਲਾਂ 'ਚ ਹਾਰ ਪਾ ਦਿੰਦੀ ਤੇ ਛੋਟੀਆਂ-ਛੋਟੀਆਂ ਜੇਬਾਂ ਜੀਆਂ ਬਣਾ ਕੇ ਉਹਨਾਂ 'ਚ ਦੋ-ਦੋ ਅੰਨੇ ਪਾ ਦਿੰਦੀ ਇਹਨਾਂ ਨੂੰ ਬਕਸਾਂਆਂ ਨਾਲ ਸਾਡੇ ਕੁੜਤੇਆਂ ਤੇ ਟੰਗ ਦਿੰਦੀ ਸਾਡੇ ਦਾਦਾ ਮਰਹੂਮ ਥੋੜੇ ਜੇ ਵਾਹਬੀ ਸਨ ਅੱਬਾ ਵੀ ਇਹਨਾਂ ਤੋਂ ਕੁਝ ਪ੍ਰਭਾਵਿਤ ਸਨ ਪਰ ਮੁਹਰਮ ਮੁਹਰਮ ਦੇ ਦਿਨਾਂ 'ਚ ਮਰੀਮ ਮੋਰੇ ਕੋਈ ਵਾਈਅਤ ਨਹੀਂ ਸੀ ਚੱਲਦੀ 10 ਦਿਨਾਂ ਲਈ ਤਾਂ ਬਸ ਮਰੀਮ ਹੀ ਡਿਕਟੇਟਰ ਹੁੰਦੀ ਪਰ ਇਹ ਡਿਕਟੇਟਰ ਸ਼ੇਪ ਵੀ ਜਿਓ ਤੇ ਜੀਣ ਦੇ ਉਹਦੇ ਅਸੂਲ ਤੇ ਹੀ ਚਲਾਉਂਦੀ ਸੀ ਸਾਨੂੰ ਫਕੀਰ ਬਣ ਕੇ ਚੁੱਪ ਕੇ ਜੇ ਸਮਝਾ ਦਿੰਦੀ ਸੀ ਦੇਖੋ ਬੇਟਾ ਬੜੇ ਮੀਆਂ ਦੇ ਸਾਹਮਣੇ ਨਾ ਜਾਣਾ ਬੜੇ ਮੀਆਂ ਜੀ ਵੀ ਖੁਦ ਉਹਦੇ ਤੇ ਆਪਣੀ ਰਹਿਮਤ ਦਾ ਸਾਇਆ ਰੱਖਦੇ ਕਮਾਲ ਦੇ ਬਜ਼ੁਰਗ ਸਨ ਜ਼ਾਹਰ ਤਾਏ ਕਰਦੇ ਜਿਵੇਂ ਮਰੀਮ ਦੀ ਇਹਨਾਂ ਗੱਲਾਂ ਨਾਲ ਖੁਸ਼ ਨਹੀਂ ਹਨ ਪਰ ਇੱਕ ਸਾਲ ਮੁਹਰਮ ਦੇ ਦਿਨਾਂ 'ਚ ਮਰੀਮ ਬਸੌਦੇ ਚਲੀ ਗਈ ਸਾਡੇ ਘਰ 'ਚ ਨਾ ਸ਼ਹਾਦਤਨਾਮਾ ਪੜਿਆ ਗਿਆ ਨਾ ਹਾਏ ਹੁਸੈਨ ਹੋਈ ਨਹੀਂ ਅਸੀਂ ਫਕੀਰ ਬਣੇ ਬਾੜੇ 'ਚ ਅਸੀਂ ਸਾਰੇ ਮੁੰਡੇ ਦਿਨ ਪਰ ਹਾਕੀ ਖੇਡਦੇ ਰਹੇ ਅਸਰ ਦੀ ਨਮਾਜ਼ ਪੜ ਕੇ ਦਾਦਾ ਮੀਆਂ ਘਰ ਜਾ ਰਹੇ ਸਨ ਤੇ ਸਾਨੂੰ ਬਾੜੇ 'ਚ ਧੁੰਮ ਚਾਉਂਦੇ ਦੇਖਿਆ ਤੇ ਲਾਠੀ ਲੈ ਕੇ ਖੜੇ ਹੋ ਗਏ ਅਰੇ ਕ੍ਰਿਸਚੀਅਨੋ ਤੁਸੀਂ ਤੁਸੀਂ हसन ਹੁਸੈਨ ਦੇ ਫਕੀਰ ਹੋ ਬੁੱਢੀ ਇੱਥੇ ਨਹੀਂ ਐ ਤੇ ਤੁਸੀਂ ਜੰਗ ਹੀ ਪਾ ਕੇ ਖੱਪ ਪਾਉਣ ਲੱਗੇ ਹੋ ਇਹ ਨਹੀਂ ਕਰ ਸਕਦੇ ਕਿ ਬੰਦਿਆਂ ਵਾਂਗ ਬੈਠ ਕੇ ਯਾਸੀਨ ਸ਼ਰੀਫ ਪੜੋ ਤੇ ਯਾਸੀਨ ਸ਼ਰੀਫ ਪੜੋ हसन ਹੁਸੈਨ ਦੇ ਨਾਂ ਦੀ ਯਾਸੀਨ ਸ਼ਰੀਫ ਪੜੋ ਬੜੇ ਮੀਆਂ ਦੇ ਨਾਂ ਦੀ ਯਾਸੀਨ ਸ਼ਰੀਫ ਪੜੋ ਮਰੀਮ ਦੇ ਨਾਂ ਦੀ ਤੇ ਉਹਦੇ ਮਮਦੂ ਦੇ ਨਾਂ ਦੀ ਕਿ ਉਹਨਾਂ ਸਭ ਦੇ ਖੂਬਸੂਰਤ ਨਾਵਾਂ ਨਾਲ ਤੁਹਾਡੀਆਂ ਯਾਦਾਂ ਤਾਜ਼ਾ ਹੋਣ ਪਰ ਮੈਂ ਮਮਦੂ ਨੂੰ ਨਹੀਂ ਜਾਣਦਾ ਮੈਨੂੰ ਸਿਰਫ ਇੰਨਾ ਪਤਾ ਹੈ ਕਿ ਮਮਦੂ ਬਸੌਦਾ ਚ ਰਹਿੰਦਾ ਸੀ ਡਾਕਟਰਾਂ ਨੇ ਉਹਦੀ ਗੱਲ 'ਚ ਖਿੜਕੀ ਬਣਾ ਦਿੱਤੀ ਸੀ ਤੇ ਖਿੜਕੀ ਦੇ ਬੂਹੇ ਮਰੀਮ ਦੀ ਜੰਨਤ 'ਚ ਖੁੱਲਦੇ ਸਨ ਤੇ ਮੈਂ ਵੀ ਜਾਣਦਾ ਕਿ ਜਦੋਂ ਮਰੀਮ ਬੜੇ ਸੋਜ਼ ਵਿੱਚ ਖਵਾਜ਼ਾ ਪਿਆ ਜ਼ਰਾ ਖੋਲੋ ਕਵੜੀਆ ਗਾਉਂਦੀ ਸੀ ਤਾਂ ਮੰਮਾ ਦੀ ਕੋਇਲ ਵਰਗੀ ਆਵਾਜ਼ ਉਸ ਵਿੱਚ ਸ਼ਾਮਲ ਹੋ ਕੇ ਮੇਰੇ ਲਈ ਹਜ਼ਾਰ ਜੰਨਤਾਂ ਦੇ ਦਰਵਾਜ਼ੇ ਖੋਲ੍ਹ ਦਿੰਦੀ ਸੀ ਮੈਂ ਅੰਮਾ ਦੇ ਪੱਟਾਂ ਤੇ ਸਿਰ ਰੱਖ ਕੇ ਜੀ ਪੈਂਦਾ ਖਵਾਜ਼ਾ ਪਿਆ ਦੇ ਸੁਰਾਂ ਨੂੰ ਮਾਸੂਮ ਚਰੋਖੇ ਰਾਈ ਦਰਸ਼ਨ ਦਿੰਦੇ ਦੇਖਦਾ ਸੁਣਿਆ ਮੇਰੀ ਅੰਮਾ ਆਪਣੀ ਮੋਜ ਵਿੱਚ ਹੁੰਦੀ ਹੈ ਤਾਂ ਹਾਲੇ ਵੀ ਗਾਉਂਦੀ ਹੈ ਖੁਦਾ ਉਹ ਹੱਸਦੀ ਗਾਉਂਦੀ ਰੱਖੇ ਪਰ ਮਰੀਮ ਦੀ ਆਵਾਜ਼ ਥੱਕ ਕੇ ਸੌਂ ਚੁੱਕੀ ਹੈ ਜਾਂ ਸ਼ਾਇਦ ਲੰਮੇ ਸਫ਼ਰ ਲਈ ਨਿਕਲ ਗਈ ਹੈ ਮੱਕੇ ਮਦੀਨੇ ਦੀਆਂ ਪਵਿੱਤਰ ਗਲੀਆਂ 'ਚ ਫੁੱਲ ਬਿਖਰਾਉਂਦੀ ਫਿਰ ਰਹੀ ਹੈ ਜਾਂ ਬਸੌਦੇ ਦੇ ਕਬਰਿਸਤਾਨ 'ਚ ਮਮਦੂ ਨੂੰ ਲੋਰੀਆਂ ਸੁਣਾ ਰਹੀ ਹੈ ਸਫ਼ਰ ਮਰੀਮ ਦੀ ਸਭ ਤੋਂ ਵੱਡੀ ਆਰਜ਼ੂ ਸੀ ਉਹ ਹੱਜ ਕਰਨਾ ਚਾਹੁੰਦੀ ਸੀ ਵੈਸੇ ਤਾਂ ਮਰੀਮ ਸਾਡੇ ਘਰ ਦੀ ਮਾਲਕਣ ਹੀ ਸੀ ਪਰ ਪਤਾ ਨਹੀਂ ਕਦੋਂ ਤੋਂ ਤਨਖਾਹ ਲੈ ਰਹੀ ਸੀ ਅਬਾ ਦੱਸਦੇ ਹੁੰਦੇ ਸਨ ਕਿ ਜਦੋਂ ਸਕੂਲ 'ਚ ਮੁਲਾਜ਼ਮ ਹੋਏ ਤਾਂ ਉਹਨਾਂ ਨੇ ਆਪਣੀ ਤਨਖਾਹ ਮਰੀਮ ਦੇ ਪੈਰਾਂ 'ਚ ਲਿਆ ਕੇ ਰੱਖ ਦਿੱਤੀ। ਮਰੀਮ ਫੁੱਲਵੰਖ ਖੜ ਗਈ। ਆਪਣੀ ਚਾਦਰ ਦੇ ਲੜੋਂ ਇੱਕ ਚਵਾਨੀ ਖੋਲ ਕੇ ਇੱਕ ਕੰਮ ਕਰਨ ਵਾਲੀ ਨੂੰ ਦਿੱਤੀ ਕਿ ਜਾ ਬਾਜ਼ਾਰੋਂ ਜਲੇਬੀਆਂ ਲੈ ਕੇ ਆ। ਤੇ ਮਰੀਮ ਨੇ ਖੁਦ ਉਹਨਾਂ ਜਲੇਬੀਆਂ ਤੇ ਕਲਮਾ شریف ਪੜਿਆ ਤੇ ਤਨਖਾਹ ਤੇ ਜਲੇਬੀਆਂ ਚੁੱਕ ਕੇ ਬੜੇ ਮਾਣ ਨਾਲ ਦਾਦਾ ਮੀਆਂ ਦੇ ਮੋਹਰੇ ਰੱਖਾਈ। ਬੜੇ ਮੀਆਂ ਜੀ ਮੁਬਾਰਕ ਹੋਵੇ ਦੁਲੇ ਮੀਆਂ ਨੂੰ ਤਨਖਾਹ ਮਿਲੀਏ। ਤੇ ਫਿਰ ਇਸ ਤਨਖਾਹ ਚ ਆਪਣੀ ਤਨਖਾਹ ਵੀ ਲੈਣ ਲੱਗੀ ਜਿਹੜੀ ਉਸਨੇ ਪਤਾ ਨਹੀਂ 1 ਰੁਪਇਆ ਮੁਕਰਰ ਕੀਤੀ ਸੀ ਜਾਂ 2 ਰੁਪਏ ਮਰੀਮ ਦਾ ਖਰਚ ਕੁਝ ਵੀ ਨਹੀਂ ਸੀ ਬਸ ਸੌਦੇ ਚ ਉਹਨਾਂ ਦੇ ਮਰਹੂਮ ਪਤੀ ਦੀ ਥੋੜੀ ਜੀ ਜ਼ਮੀਨ ਸੀ ਜੋ ਮਮਦੂਦੇ ਗੁਜ਼ਾਰੇ ਲਈ ਕਾਫੀ ਸੀ ਤੇ ਕੁਝ ਬੱਕਰੀਆਂ ਸਨ ਜਿਨ੍ਹਾਂ ਦੀ ਦੇਖਭਾਲ ਮਮਦੂ ਕਰਦਾ ਸੀ ਵੱਡਾ ਮੁੰਡਾ ਸ਼ੇਤਾਬ ਖਾਨ ਰੇਲਵੇ ਚ ਚੌਕੀਦਾਰ ਸੀ ਤੇ ਮਜ਼ੇ ਕਰਦਾ ਸੀ ਸਾਲਾਂ ਬੱਦੀ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਮਰੀਮ ਆਪਣੀ ਆਪਣੀਆਂ ਤਨਖਾਹਾਂ ਦਾ ਕੀ ਕਰਦੀ ਐ ਤੇ ਇੱਕ ਦਿਨ ਉਹ ਕਾਫੀ ਸਾਰੇ ਰੁਪਏ ਤੇ ਸਿੱਕੇ ਕੁਝ ਮੈਲੇ ਨੋਟ ਤੇ ਕੁਝ ਭਾਨ ਲੈ ਕੇ ਅੱਬਾ ਕੋਲ ਆਈ ਤੇ ਦੱਸਿਆ ਕਿ ਉਹ ਹੱਜ ਕਰਨ ਜਾ ਰਹੀ ਐ ਕਿਰਾਈ ਲਈ ਇਹ ਰਕਮ ਉਹਨੇ ਕਈ ਸਾਲਾਂ ਚ ਕਮਾਈ ਐ ਇਹ ਮੱਕਾ ਮਦੀਨਾ ਫੰਡ ਸੀ ਜੋ ਪਤਾ ਨਹੀਂ ਮਰੀਮ ਕਦੋਂ ਤੋਂ ਜਮ੍ਹਾਂ ਕਰ ਰਹੀ ਸੀ ਅੱਬਾ ਨੇ ਗਿਣ ਕੇ ਦੱਸਿਆ ਕਿ 9 ਸੈਂਕੜੇ 320 ਤੇ 7 ਰੁਪਏ ਤੇ ਕੁਝ ਆਨੇ ਹਨ ਮਰੀਮ ਨੂੰ ਇਸ ਨਾਲ ਗਰਜ ਨਹੀਂ ਸੀ ਕਿ ਕਿੰਨੇ ਐ ਇਹ ਤਾਂ ਸਿੱਧੀ ਜੀ ਗੱਲ ਐ ਕੀ ਨਨ ਨਾਲ ਮੱਕੇ ਮਦੀਨੇ ਦਾ ਟਿਕਟ ਮਿਲ ਜਾਏਗਾ ਜਾਂ ਨਹੀਂ ਅੱਬਾ ਨੇ ਦੱਸਿਆ ਕਿ ਬੇਸ਼ੱਕ ਮਿਲ ਜਾਏਗਾ ਮਰੀਮ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਉੱਠਦੇ ਬੈਠਦੇ ਤੁਰਦੇ ਆਂ ਫਿਰਦੇ ਆਂ ਗੋਂਦੀ ਰਹਿੰਦੀ ਖਵਾਜ਼ਾ ਪਿਆ ਜ਼ਰਾ ਖੋਲੋ ਕਬੜੀ ਐ ਉਹਨਾਂ ਲਈ ਮੱਕੇ ਮਦੀਨੇ ਦੀਆਂ ਖਿੜਕੀਆਂ ਖੁੱਲ ਰਹੀਆਂ ਸਨ ਖਿੜਕੀਆਂ ਰਾਈ ਸਲਾਲੋ ਅੱਲਾਹ ਵਸੱਲਮ ਜੀ ਨੇ ਮੁਕੱਦਸ ਪੈਰਾਹਾਂ ਦੀ ਖੁਸ਼ਬੂ ਚਲੀ ਆ ਰਹੀ ਸੀ ਕਿਸੇ ਨੇ ਛੇੜਦਿਆਂ ਕਹਿਤਾ ਕਿ ਤੈਨੂੰ ਢੰਗ ਨਾਲ ਨਮਾਜ਼ ਪੜ੍ਹਨੀ ਤਾਂ ਆਉਂਦੀ ਨਹੀਂ ਕੁਰਾਨ ਸ਼ਰੀਫ ਦਾ ਯਾਦ ਨਹੀਂ ਫਿਰ ਹੱਜ ਕੀ ਕਰੇਗੀ ਮਰੀਮ ਗੁੱਸੇ ਚ ਆ ਗਈ ਅਰੇ ਮੁਸਲਮਾਨ ਦੀ ਧੀਆਂ ਮੁਸਲਮਾਨ ਦੀ ਜੋਰੂਆਂ ਨਮਾਜ਼ ਪੜ੍ਹਨੀ ਕਿਉਂ ਨਹੀਂ ਆਉਂਦੀ ਕਲਮਾ ਸ਼ਰੀਫ ਸੁਣ ਲਓ ਚਾਰੇ ਕੁੱਲ ਸੁਣ ਲਓ ਹੋਰ ਤੁਹਾਨੂੰ ਕੀ ਚਾਹੀਦਾ ਹੈ ਦੱਸ ਹੋਰ ਕੀ ਸੁਣਾਵਾਂ ਤੇ ਫਿਰ ਉਹਦੇ ਦਿਲ ਚ ਨਬੀ ਸੱਲੱਲਾਹੁ ਅਲੈਹਿ ਵਸੱਲਮ ਜੀ ਦੇ ਪਿਆਰ ਦਾ ਚਮਨ ਖਿੜਿਆ ਹੋਇਆ ਸੀ ਇਹੀ ਬਹੁਤ ਸੀ ਪਰ ਇੱਕ ਦਿਨ ਸ਼ਿਤਾਬ ਖਾਨ ਦਾ ਖਤ ਆਇਆ ਕਿ ਮਮਦੂ ਦੀ ਹਾਲਤ ਬਹੁਤ ਖਰਾਬ ਹੈ ਬੱਕਰੀਆਂ ਵੇਚਵਾਜ ਕੇ ਇਲਾਜ ਮੁਲਾਜ ਜਾ ਕਰਾਇਆ ਜ਼ਮੀਨ ਗਹਿਣੇ ਰੱਖਤੀ ਹੁਣ ਪੈਸੇ ਬਿਲਕੁਲ ਨਹੀਂ ਹੈ ਜੇ ਮੂੰਹ ਦੇਖਣਾ ਚਾਹਨੀ ਹੈ ਤੇ ਇਸ ਖਤ ਨੂੰ ਤਾਰ ਸਮਝਣਾ ਮਰੀਮ ਦੀ ਅੱਖਾਂ ਮੁਰੇ ਮੱਕਾ ਮਦੀਨਾ ਧੁੰਦਲਾ ਗਿਆ ਉਹਨੇ 9 ਸੈਂਕੜੇ 32 ਹ 7 ਰੁਪਏ ਚਾਦਰ ਚ ਬੰਨੇ ਬਸ ਔਦਾ ਦੀ ਬਸ ਚ ਜਾ ਬੈਠੀ ਅੱਬਾ ਨਾਲ ਜਾਣਾ ਚਾਹੁੰਦੇ ਸਨ ਪਰ ਮਰੀਮ ਨੇ ਸਖਤੀ ਨਾਲ ਮਨਾ ਕਰ ਦਿੱਤਾ ਮਮਦੂ ਤਾਂ ਉਹਦੀ ਜ਼ਿੰਮੇਵਾਰੀ ਸੀ ਉਹ ਕਿਸੇ ਹੋਰ ਨੂੰ ਇਹਦੇ ਚ ਸ਼ਰੀਕ ਨਹੀਂ ਸੀ ਕਰ ਸਕਦੀ ਮਰੀਮ ਤਾਂ ਇਹ ਅਸੂਲ ਬਹੁਤ ਸ਼ਫਾਫ ਸੀ ਉਹਨੇ ਬਸ ਆਦੇ ਪੁੱਜ ਕੇ ਖੈਰੀਅਤ ਨਾਲ ਪੁੱਜਣ ਦਾ ਖਤ ਲਿਖਵਾ ਦਿੱਤਾ ਪਰ ਮਮਦੂ ਦੇ ਬਾਰੇ ਚ ਇੱਕ ਵੀ ਲਫਜ਼ ਨਹੀਂ ਲਿਖਵਾਇਆ ਮਹੀਨੇ ਗੁਜ਼ਰ ਗਏ ਕਿਸੇ ਨੇ ਦੱਸਿਆ ਕਿ ਮਮਦੂ ਦੇ ਇਲਾਜ ਲਈ ਇੰਦੋਰ ਲੈ ਗਈ ਹੈ ਫਿਰ ਪਤਾ ਲੱਗਾ ਕਿ ਬੰਬਈ ਚ ਸਾਬੂ ਸਾਦਿਕ ਦੀ ਸਰਾਂ ਚ ਨਜ਼ਰ ਆਈ ਸੀ ਫਿਰ ਪਤਾ ਲੱਗਾ ਮਮਦੂ ਮਰ ਗਿਆ ਫਿਰ ਇੱਕ ਦਿਨ ਲੁੱਟੀ ਲੁਟਾਈ ਮਰੀਮ ਕਾਰਮੋੜਾਈ ਉੱਥੋਂ ਘਰ ਪੁੱਜ ਕੇ ਮਰੀਮ ਵੇੜੇ 'ਚ ਬੈਠੀ ਆਪਣੇ ਮਰੇ ਬੇਟੇ ਨੂੰ ਕੋਸ ਰਹੀ ਸੀ। ਉਹ ਹਰਾਮੀ ਤੇਰਾ ਸਤਿਆਨਾਸ਼ ਹੋ ਜਾਏ ਮਮਦੂ ਤੈਨੂੰ ਢੋਈ ਨਾ ਮਿਲੇ ਤੇਰੀ ਕਬਰ 'ਚ ਕੀੜੇ ਚੱਲਣ। ਮੇਰੇ ਅੰਨੇ ਪੈਸੇ ਖਰਚ ਕਰਾ ਦਿੱਤੇ। ਇਹ ਬਹੂ ਹੁਣ ਮੈਂ ਮੱਕੇ ਮਦੀਨੇ ਕਿੱਦਾਂ ਜਾਵਾਂਗੀ? ਦੱਸ ਬਹੂ ਤੂੰ ਦੱਸ ਕਿੱਦਾਂ ਜਾਵਾਂਗੀ? ਅੱਬਾ ਨੇ ਕਿਹਾ ਮੈਂ ਤੈਨੂੰ ਹੱਜ ਕਰਾਉਂਗਾ। ਅੰਮਾ ਨੇ ਕਿਹਾ ਨਾ ਪੂਆ। ਅਸੀਂ ਆਪਣੇ ਦਹੇਜ ਵਾਲੇ ਕੜੇ ਵੇਚ ਦਵਾਂਗੇ ਤੈਨੂੰ ਹੱਜ ਜ਼ਰੂਰ ਕਰਵਾਵਾਂਗੇ ਪਰ ਮਰੀਮ ਚੁੱਪ ਨਾ ਹੋਈ ਦੋ ਦਿਨ ਰੋਂਦੀ ਰਹੀ ਮਮਦੂ ਨੂੰ ਕੋਸਤੀ ਪਿੱਟਦੀ ਰਹੀ ਲੋਕਾਂ ਨੇ ਸਮਝਾਇਆ ਕਿ ਆਖਰ ਦੁਲੇ ਮੀਆਂ ਵੀ ਤੇਰਾ ਬੇਟਾ ਹੀ ਹੈ ਉਹ ਜੇ ਹੱਜ ਕਰਾਉਂਦਾ ਤਾਂ ਠੀਕ ਹੈ ਮੰਨ ਕਿਉਂ ਨਹੀਂ ਜਾਂਦੀ ਪਰ ਮਰੀਮ ਤਾਂ ਬਸ ਅਹਿਸਾਨ ਕਰਨਾ ਜਾਣਦੀ ਸੀ ਕਿਸੇ ਬੇਟੇ ਦਾ ਅਹਿਸਾਨ ਵੀ ਆਪਣੇ ਸਿਰ ਕਿਉਂ ਲੈਂਦੀ ਉਹਨੇ ਤਾਂ ਆਪਣੀ ਕਮਾਈ ਦੇ ਪੈਸਿਆਂ ਨਾਲ ਹੱਜ ਕਰਨ ਦੀ ਠਾਣੀ ਹੋਈ ਸੀ ਮਮਦੂ ਦੇ ਮਰਨ ਤੋਂ ਬਾਅਦ ਮਰੀਮ ਸ਼ਾਇਦ ਇੱਕ ਵਾਰ ਹੋਰ ਬਸੌਦੇ ਗਈ ਆਪਣੀ ਜ਼ਿੰਮੇਵਾਰੀ ਆ ਪੰਜਾ ਕਰਨ ਉਸ ਤੋਂ ਬਾਅਦ ਬਸੌਦੇ ਦਾ ਜਵਾਲ ਸ਼ੁਰੂ ਹੋ ਗਿਆ ਮਰੀਮ ਦੇ ਚੌੜੇ ਸੀਨੇ ਚ ਬਸ ਇੱਕ ਹੀ ਸ਼ਹਿਰ ਵਸਿਆ ਰਹਿ ਗਿਆ ਉਹਦੇ ਆਪਣੇ ਹਜ਼ੂਰ ਦਾ ਸ਼ਹਿਰ ਉੱਠਦੇ ਬੈਠ ਨਬੀ ਜੀ ਹਜ਼ੂਰ ਜੀ ਕਰਦੀ ਰਹਿੰਦੀ ਕਦੇ ਲੱਗਦਾ ਉਹਨੂੰ ਚੈਨ ਜਿਹਾ ਆ ਗਿਆ ਸ਼ਾਇਦ ਇਸੇ ਲਈ ਕਿ ਉਹਦੇ ਭੋਲੇ ਭਾਲੇ ਜ਼ੈਨ ਨੇ ਇੱਕ ਨਵਾਂ ਮੱਕਾ ਮਦੀਨਾ ਫੰਡ ਖੋਲ੍ਹ ਲਿਆ ਸੀ ਅੱਬਾ ਨੇ ਬੜੇ ਸ਼ੌਕ ਨਾਲ ਲਿਹਾਫ ਸਲਵਾ ਕੇ ਦਿੱਤਾ ਮਰੀਮ ਚੁੱਪਕੇ ਜਿਹਾ ਕੇ ਜਾ ਕੇ ਵੇਚ ਆਈ ਈਦਾਈ ਮਰੀਮ ਦੇਵੀ ਕੱਪੜੇ ਬਣੇ ਖੁਦਾ ਜਾਣੇ ਕਦ ਕਿੰਨੇ ਪੈਸੇ ਅੰਚੋਂ ਕੱਪੜੇ ਵੇਚ ਦਿੱਤੇ ਅੱਬਾ ਆਮਾ ਸਮੇਤ ਸਾਨੂੰ ਸਭ ਨੂੰ ਇੱਕ ਇੱਕ ਹਨ ਈਦੀ ਦਿੰਦੇ ਸਨ ਫੌਰਨ ਬੰਦ ਕਰ ਦਿੱਤਾ ਪੈਸਾ ਪੈਸਾ ਕਰਕੇ ਫਿਰ ਮੱਕਾ ਮਦੀਨਾ ਫੰਡ ਜਮਾ ਹੋਣਾ ਸ਼ੁਰੂ ਹੋ ਗਿਆ ਸਭ ਮਿਲਾ ਕੇ 560 ਰੁਪਏ ਜਮਾ ਹੋਏ ਕਿ ਮਰੀਮ ਨੂੰ ਬਲਾਵਾ ਆ ਗਿਆ ਮੈਨੂੰ ਪਤਾ ਨਹੀਂ ਕਿ ਕਦੋਂ ਤੇ ਕਿੱਦਾਂ ਚੱਲ ਬਸੀ ਮੈਂ ਗਰਮੀਆਂ ਦੀਆਂ ਛੁੱਟੀਆਂ 'ਚ ਆਪਣੀ ਖਾਲਾ ਦੇ ਪਿੰਡ ਗਿਆ ਹੋਇਆ ਸੀ ਵਾਪਸ ਆਇਆ ਮਾਂ ਮੈਨੂੰ ਦੇਖ ਕੇ ਫੁੱਟ ਫੁੱਟ ਕੇ ਰੋਣ ਲੱਗੀ ਗਬਲੇ ਤੇਰੀ ਅੰਨਾ ਭੂਆ ਗੁਜ਼ਰ ਗਈ ਤੈਨੂੰ ਵਗੜਨ ਵਾਲੀ ਗੁਜ਼ਰ ਗਈ ਅੱਬਾ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਮਰੀਮ ਦੀ ਕਬਰ ਤੇ ਹੋ ਆਵਾਂ ਪਰ ਮੈਂ ਨਹੀਂ ਗਿਆ ਮੈਂ ਕੀ ਜਾਂਦਾ ਠੰਡੀ ਮਿੱਟੀ ਦੇ ਢੇਰ ਦਾ ਨਾਂ ਤਾਂ ਮਰੀਮ ਨਹੀਂ ਸੀ ਮੈਂ ਨਹੀਂ ਗਿਆ ਅੱਬਾ ਨਾਰਾਜ਼ ਵੀ ਹੋਏ ਪਰ ਮੈਂ ਨਹੀਂ ਗਿਆ ਲੋਕਾਂ ਨੇ ਦੱਸਿਆ ਮਰੀਮ ਨੇ ਮਰਨ ਵੇਲੇ ਦੋ ਵਸੀਤਾਂ ਕੀਤੀਆਂ ਇੱਕ ਵਸੀਅਤ ਇਹ ਸੀ ਕਿ ਉਹਦੀ ਆਖਰੀ ਰਸਮਾਂ ਉਹਦੇ ਪੈਸਿਆਂ ਨਾਲ ਕੀਤੀਆਂ ਜਾਣ ਤੇ ਬਾਕੀ ਦੇ ਪੈਸੇ ਸ਼ੇ ਤਾਬ ਖਾਨ ਨੂੰ ਭੇਜ ਦਿੱਤੇ ਜਾਣ ਤੇ ਦੂਜੀ ਵਸੀਅਤ ਦਾ ਸਿਰਫ ਅੱਬਾ ਨੂੰ ਪਤਾ ਸੀ ਅੰਮਾ ਦੇ ਕੰਨ ਚ ਉਹਨੇ ਮਰਦਿਆਂ ਕੁਝ ਕਿਹਾ ਸੀ ਜੋ ਅੰਮਾ ਕਿਸੇ ਨੂੰ ਨਹੀਂ ਸੀ ਦੱਸਣਾ ਚਾਹੁੰਦੀ ਮੈਂ ਉੱਥੋਂ ਆ ਗਿਆ 15 ਸਾਲ ਲੰਘ ਗਏ 63 ਇਸਵੀ ਚ ਅੱਬਾ ਤੇ ਅੰਮਾ ਨੇ ਫਰੀਜ਼ਾਈ ਹੱਜ ਅਦਾ ਕੀਤਾ ਅੰਮਾ ਹੱਜ ਤੋਂ ਮੁੜੀ ਤਾਂ ਬਹੁਤ ਖੁਸ਼ ਸੀ ਕਹਿਣ ਲੱਗੀ ਗਬਲੇ ਅੱਲਾ ਮੀਆਂ ਨੇ ਆਪਣੇ ਹਬੀਬ ਦੇ ਸਦਕੇ 'ਚ ਹੱਜ ਕਰਾ ਦਿੱਤਾ ਮਦੀਨੇ ਤਾਇਆ ਆਬਾ ਦੀ ਜ਼ਿਆਰਤ ਕਰਾ ਦਿੱਤੀ ਤੇ ਤੇਰੀ ਅੰਨਾ ਭੂਆ ਦੀ ਦੂਜੀ ਵਿਸੀਅਤ ਵੀ ਪੂਰੀ ਹੋ ਗਈ ਸਵਾਲ ਜਵਾਬ ਸਾਰੇ ਬੜੇ ਬੜੀ ਬੀਬੀ ਨੇ ਦੇਣੇ ਨੇ ਮੈਂ ਤਾਂ ਗੁੰਬਦ ਵਾਲ ਮੂੰਹ ਕਰਕੇ ਕਹਿ ਦਿੱਤਾ ਕਿ ਯਾਰ ਰਸੂਲ ਅੱਲ੍ਹਾ ਸਲਾਲਹੁ ਅਲੈਹਿ ਵਸੱਲਮ ਬਸੌਦੇ ਵਾਲੀ ਮਰੀਮ ਫੌਤ ਹੋ ਗਈਏ ਮਰਨ ਵੇਲੇ ਕਹਿ ਗਈ ਸੀ ਕਿ ਨਬੀ ਸਲਾਲੋ ਅੱਲਾਹੁ ਅਲੈਹ ਵਸੱਲਮ ਜੀ ਸਰਕਾਰ ਮੈਂ ਆਉਂਦੀ ਜ਼ਰੂਰ ਪਰ ਮੇਰਾ ਮਾਮਦੂ ਬਹੁਤ ਹਰਾਮੀ ਨਿਕਲਿਆ ਮੇਰੇ ਸਾਰੇ ਪੈਸੇ ਖਰਚ ਕਰਾ ਦਿੱਤੇ ਧੰਨਵਾਦ